ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਚੱਲਦਾ ਜੀ ਮਾਰਾ ਦੀ ਕਿਰਪਾ ਦੇ ਨਾਲ ਕੰਮ ਡੇ ਟੂ ਡੇ ਸਵੇਰ ਦੇ ਪਹੁੰਚੇ ਵੀ ਖੇਤ ਚ ਟਰੈਕਟਰ ਲੈ ਕੇ ਵਿਚੇ ਨਾਲ ਦੀ ਨਾਲ ਸਾਰੇ ਬੰਦੇ ਪਹੁੰਚੇ ਹੋਏ ਅੱਜ ਆਪਣਾ ਕੰਮ ਨਵਾਂ ਹੀ ਚਲਾਤਾ ਜੀ ਆਪਾਂ ਨੇ ਮੈਂ ਵਿਚੇ ਵਿੱਚ ਰੋਪੜ ਵੀ ਜਾਇਆ ਆ ਤੇ ਰਾਜੂ ਵੀ ਦੇਖੋ ਆਪਣਾ ਵਿਚੇ ਨਾਲ ਦੀ ਨਾਲ ਲੱਗਿਆ ਹੋਇਆ ਏ ਤੇ ਰਾਜੂ ਮੈਨੂੰ ਇੱਕ ਅੱਜ ਵੀਰੋ ਦੇਖੋ ਬੇਲਾਂ ਨੂੰ ਆਪਾਂ ਨੇ ਆਪਣੀਆਂ ਨੂੰ ਬਾਸ ਕੱਟਦੇ ਬਾਸਾ ਜਿਹੜਾ ਹੈ ਰਾਜੂ ਵੱਡ ਕੇ ਲਿਆਇਆ ਤਾਂ ਕੱਲ ਨਦੀ ਤੇ ਸਾਵਾ 100 ਪਿੱਛੇ ਸਮੋਦ ਖੜਾ ਹੈ ਦੋਹੇ ਜਾਨੇ ਕੇ ਤੇ ਆ ਜਿੰਨੇ ਵੀ ਬਾਸ ਗੜਿਆ ਕਿੰਨੇ ਤੇ ਰਾਜੂ ਇਹ ਚਾਰ ਵਾਸਤੇ ਚਾਰ ਵਾਸਤੇ ਜੀ ਚਾਰ ਵਾਸਤੇ ਜੀ ਬਾਸ ਵੀ ਘਟੋ ਘਟ ਮੈਂ ਕਹਿੰਦਾ 100 ਪਤਾ ਨਹੀਂ 700 ਫੁੱਟ ਲੰਬਾ ਹੋਊਗਾ ਜੀ ਉਹਨਾਂ ਦੇ ਵੱਡ ਵੱਡ ਕੇ ਬਣਾਏ ਆ ਤੇ ਬੇਲਾਂ ਚੱਲ ਪਿਆ ਜੀ ਆਪਣੀਆਂ ਬਹੁਤ ਵਧੀਆ ਇਹਨਾਂ ਨੂੰ ਬਾਸ ਗੜਿਆ ਤੇ ਨਾਲ ਦੇ ਨਾਲ ਆ ਦੇਖੋ ਜੀ ਕੱਲ ਕਰੀ ਆ ਰਾਜੂ ਨੇ ਹਰ ਸਮੋਦ ਨੇ ਰਲ ਕੇ ਸਪਰੇਅ ਤਿੰਨ ਚਾਰ ਬੂਟੇ ਜਿਹੜੇ ਮੂਰੇ ਖਰਾਬ ਕਰਤੇ ਜੀ ਇਹਦਾ ਕਾਰਨ ਪੁੱਛਣਾ ਰਾਜੂ ਵੀ ਕਾਰਨ ਕੀ ਹੈ ਇਹਦਾ ਦੱਸ ਇਹਦਾ ਕਾਰਨ ਹੋਇਆ ਜੀ ਸਬੋਧ ਕੱਲ ਸਪਰੇਅ ਕਰਿਆ ਪਰ ਪੰਪ ਨਹੀਂ ਧੋਇਆ ਜੀ ਅੱਛਾ ਨਾਲੇ ਮੈਂ ਕਹਿ ਕੇ ਗਿਆ ਤਾਂ ਵੀ ਪੰਪ ਧੋ ਦਿਓ ਹਾਂਜੀ ਮੈਂ ਵੀ ਕਿਹਾ ਦਾ ਸਬੋਧ ਨੂੰ ਵੀ ਸਬੋਧ ਪੰਪ ਧੋ ਕੇ ਫੇਰ ਸਪਰੇਅ ਮਾਰੀ ਹੁੰਦੀ ਆ ਜੀ ਇਹ ਵਾ ਇੱਕ ਨੇ ਕਰਤੇ ਜੀ ਚਾਰ ਪੰਜ ਬੂਟੇ ਦੇਖੋ ਵੀਰੋ ਚਲੋ ਹੋ ਵੀ ਵੈਸੇ ਬੰਦੇ ਬਹੁਤ ਬੈਠੇ ਰਹਣ ਮੇ ਮੇ ਇਧਰ ਵੀ ਸਪਰੇਅ ਵਾਲਾ ਪੁਰਾਣਾ ਕਾਰੀਗਰ ਸਾਡਾ ਬੈਠਾ ਹੈ ਹੋਰ ਕੰਮ ਲੱਗਿਆ ਉਹਦਾ ਨਾਲੀ ਮੇ ਜੋ ਦਵਾਈ تھا ਨਾ ਚਟਪਟ ਕਾ ਉਹ ਚਾਰ ਪੰਜ ਬੁੱਟੇ ਪਰ ਲੱਗ ਗਿਆ ਹਾਂ ਨਾਲੀ ਵਾਲਾ ਜੋ ਚਲੋ ਚਟਪਟ ਨੇ ਖਰਾਬ ਤਾਂ ਕਰਨ ਨਹੀਂ ਹਰੇ ਹੋ ਜਾਣੇ ਪਰ ਪੱਤੇ ਆ ਜਿਹੜੇ ਇੱਕ ਗੇਲਾ ਬੇਲਾ ਦੇਖੋ ਜੀ ਐਨ ਪੂਰੀਆਂ ਜਿਹੜੀਆਂ ਸਕਾਤੀਆਂ ਉੱਪਰ ਕ੍ਰੰਬਲ ਚੱਲ ਪਈ ਬੇਲਾਂ ਦਾ ਪੂਰਾ ਹਾਲ ਕਰਤਾ ਬੁਰਾ ਚਾਰ ਪੰਜ ਦਾ ਚਲੋ ਬੰਦਾ ਨੇ ਕਰਿਆ ਹੈ ਇਹ ਬੰਦਾ ਵੀ ਤੁਹਾਨੂੰ ਦਿਖਾ ਦਿੰਦੇ ਜੀ ਆ ਖੜਾ ਜੀ ਬੰਦਾ ਬਹੁਤ ਸਮਝਾਇਆ ਬੰਦਾ ਖੁਸ਼ ਰਹਿੰਦਾ ਹੈ ਚਲੋ ਖੁਸ਼ੀ ਦੇ ਵਿੱਚ ਦੀ ਵਿੱਚ ਬਰਕਤ ਬਹੁਤ ਹੈ ਇੰਨਾ ਹੈ ਸਮੋਦ ਨਾਲ ਇਹਨੂੰ ਕਿਹਾ ਤਾਂ ਵੀ ਪੰਪ ਧੋਲੀ ਚਲੋ ਅੱਗੇ ਵਾਸਤੇ ਉਸੇ ਦੋ ਆ ਜਾਏਗਾ ਜੀ ਇਹ ਹੈ ਇਹ ਬੰਦਾ ਗ੍ਰੇਟ ਹੈ ਜੀ ਇਹ ਜਿੰਨਾ ਖੁਸ਼ ਰਹੇ ਖੁਸ਼ ਰਹੋ ਖੁਸ਼ੀ ਚ ਬਰਕਤ ਬਹੁਤ ਆ ਵੀਰੋ ਸਾਰੇ ਬੰਦੇ ਖੁਸ਼ ਆ ਜੇ ਨੁਕਸਾਨ ਹੋ ਵੀ ਗਿਆ ਤਾਂ ਕਿਆ ਗੱਲ ਮਾੜਾ ਮੋਟਾ ਤਾਂ ਚੱਲਦਾ ਹੀ ਰਹਿੰਦਾ ਕਹਿੰਦਾ ਨੁਕਸਾਨ ਹੋਣ ਦੇ ਨਾਲ ਅੱਗੇ ਨੂੰ ਪਤਾ ਲੱਗਦਾ ਜੇ ਹੁਣ ਚਾਰ ਬੂਟੇ ਖਰਾਬ ਹੋਏ ਆ ਤਾਂ ਅੱਗਨ ਉਹ ਚਾਰੇ ਉਹਰੇ ਬੈਠੇ ਆ ਪੰਪ ਜ਼ਰੂਰ ਧੋਵਗੇ ਚਾਹੇ ਕੱਖ ਵਾਲੀ ਤੇ ਬਾਅਦ ਕੱਖ ਵਾਲੀ ਸਪਰੇਅ ਕਰਨੀ ਇੱਕ ਗੱਲਾ ਬੰਦਾ ਜ਼ਰੂਰ ਤੋਗਾ ਪਤਾ ਲੱਗ ਗਿਆ ਹੋਇਆ ਅੱਗੇ ਵੀ ਬਹੁਤ ਅਗੇਲਾਂ ਇੱਕ ਨਾ ਸਾਡੇ ਨਾਲ ਪਰ ਕਈ ਗੱਲਾਂ ਆਏ ਹੋ ਜਾਂਦੇ ਪੰਪ ਯਾਰ ਇੰਨੇ ਕਰੀਆ ਤਾਂ ਪਰ ਲੈਣੇ ਕਰਨੀਆਂ ਤਾਂ ਸੋਚਣਾ ਵੀ ਖਮ ਨਹੀਂ ਰਾਜੂ ਧੋਕੇ ਰੱਖ ਗਿਆ ਇੱਕ ਨਾ ਹੀ ਮੈਂ ਸੋਚ ਲੰਦਾ ਤੇ ਹੁਣ ਰਾਜੂ ਨਾਲ ਦੀ ਨਾਲ ਪ੍ਰਸ਼ਾਦਾ ਲੱਗੇ ਛਕਣ ਤੇ ਰਾਜੂ ਹੁਣ ਕਿੰਨਾ ਕੁ ਟਾਈਮ ਲੱਗ ਜੂਗਾ ਇੱਧਰ ਹੋਰ ਬਾਸ ਕੱਢਣ ਨੂੰ ਇੱਧਰ ਬਾਸ ਤਾਂ ਘੱਟ ਤੇ ਜੀ ਹੁਣ ਤਾਰ ਪਾਉਣੀ ਆ ਜੀ ਬਾਅਦ 10-15 ਮਿੰਟ ਦਾ ਕੰਮ ਹੈ ਬਾਅਦ ਠੀਕ ਆ ਉਹਦੇ ਬਾਅਦ ਪਿੰਡੀ ਦਾ ਕੰਮ ਚੱਲ ਪੈਣਾ ਠੀਕ ਆ ਚਲੋ ਵਧੀਆ ਛੱਕ ਲੋ ਪ੍ਰਸ਼ਾਦਾ ਪਿੰਡੀ ਵੀ ਟੋਬਰੀ ਆ ਆ ਦੇਖੋ ਜੀ ਆ ਬੰਦਾ ਪਿੰਡੀ ਤੋੜ ਕੇ ਆਇਆ ਇਹਦਾ ਵੀ ਹਾਲ ਚਾਲ ਪੁੱਛ ਲੰਦੇ ਆ ਆ ਪੁੱਛ ਲਓ ਪੁੱਛ ਆ ਦੇਖੋ ਜੀ ਭਿੱਜਿਆ ਪਿਆ ਵਿਚਾਰਾ ਦੋ ਬੋਰੀ ਭਿੰਡੀ ਟੁੱਟ ਗਿਆ ਹੈ ਦੋ ਬੋਰੀ ਕਹਿੰਦਾ ਪਿੰਡੀ ਦੀਆਂ ਟੁੱਟ ਗਿਆ ਬਹੁਤ ਬਹੁਤ ਰੱਬ ਜੀ ਦੀ ਕਮਾਈ ਦੇ ਵਿੱਚ ਬਰਕਤ ਪਾਵੇ ਜਿਹੜਾ ਹੁਣ ਦਾ ਟਾਈਮ ਆ ਵੀਰੋ ਸਵਾ ਦੋ ਹੋ ਚੱਲੇ ਰੋਟੀ ਖਾਣ ਲੱਗੇ ਇਹ ਲੇਟੇ ਆ ਖਾਂਦੇ ਲੇਟੇ ਆ ਤੇ ਬਹੁਤ ਗਰਮੀ ਪੈ ਰਹੀ ਹੈ ਜੀ ਮੈਂ ਵੈਸੇ ਰੋਪੜ ਤੋਂ ਆਇਆ ਨਹੀਂ ਤੁਹਾਨੂੰ ਦਿਖਾ ਦੇਣ ਤੇ ਹਾਲ ਕਿਆ ਚੱਲਦੇ ਔਰੇ ਬਹੁਤ ਭਿੱਜਮਾ ਹਾਲਤਾ ਤੇ ਆ ਦੇਖੋ ਜੀ ਸਾਰੇ ਇਹ ਤਾਰਾਂ ਦੇ ਇਤਨ ਖੜਕਣ ਹੁੰਦਾ ਇਸ ਤਰ੍ਹਾਂ ਆਹ ਜਾਲ ਬਣਦਾ ਜੀ ਏਕਣਾ ਜੀ ਆਹ ਪਾਤੀ ਤਾਰ ਡਬਲ ਤਾਰ ਪੈ ਰਹੀ ਹੈ ਜਿਹੜੀ ਬੇਲ ਨੂੰ ਕਰਿਆ ਸੀ ਤਜਰਬਾ ਇਹ ਜੀ ਕਿਉਂਕਿ ਮੈਂ ਤੁਹਾਨੂੰ ਦੱਸਦਾ ਥੋੜੇ ਜਿਨ ਪਹਿਲਾਂ ਕੀ ਹੋਇਆ ਨਾ ਮੈਂ ਰੋਪੜ دریا ਪਰ ਗਿਆਤਾ ਉੱਥੇ ਮੁਸਲਮਾਨ ਸਬਜ਼ੀ ਲਾਉਂਦੇ ਆ ਮੈਂ ਦੇਖਣ ਗਿਆਤਾ ਵੀ ਉਹ ਵੀ ਸਬਜ਼ੀ ਜੀ ਕਿੱਕਣਾ ਸੋਧ ਕਰਦੇ ਕਿਉਂਕਿ ਵੀਰੇ ਸਾਡੇ ਨਾਲ ਤੇ ਉਹਨਾਂ ਨੂੰ ਜ਼ਿਆਦਾ ਪਤਾ ਅਸੀਂ ਤਾਂ ਸਬਜ਼ੀ ਦੀ ਖੇਤੀ ਘੱਟ ਕਰਦੇ ਆ ਸਾਡੇ ਦਾ ਤਾਂ ਧਾਨ ਗੰਨਾ ਕਣਕ ਵਾਲੇ ਕੰਮ ਚੱਲਦਾ ਕਹਿੰਦੇ ਜਦੋਂ ਕਿਸੇ ਵੀ ਚੀਜ਼ ਦੇ ਵਿੱਚ ਪਾਓ ਤਾਂ ਉਹਦੇ ਬਾਰੇ ਜਾਣਕਾਰੀ ਵੀ ਥੋੜੀ ਜਿਹੀ ਰੱਖੋ ਉਥੋ ਮੈਂ ਉਹਨਾਂ ਕੋਲ ਗਿਆ ਤਾਂ ਉਹਨਾਂ ਨੇ ਦੇਖਿਆ ਮੈਂ ਨਾ ਜ਼ਿਆਦਾਤਰ ਸਬਜ਼ੀ ਹੈ ਜਿਹੜੀ ਉਹ ਇੱਕ ਨਾਲ ਹੀ ਬਾਸ ਕੱਢ ਕੇ ਪਰਤਾਰਾ ਮੰਨ ਕੇ ਕarele ਆ ਕੀਆ ਕद्दूਏ ਸਾਰੀਆਂ ਬੇਲਾਂ ਉੱਪਰ ਆ ਅਸੀਂ ਕਿਆ ਕਰਦੇ ਤੇ ਸਾਰੀ ਧਰਤੀ ਪਰ ਵਿੱਚ ਮੀ ਰੱਖ ਦਦੇ ਸੋ ਇਹ ਤਜਰਬਾ ਹੀ ਕਰਿਆ ਇਸ ਵਾਰੀ ਬਾਬਾ ਮਿਹਰ ਭਰਕਤ ਕਰੇ ਵਧਿਆ ਸਿਰੇ ਚੜ ਜਵੇ ਜੀ ਹੈ ਬੂਟੇ ਦੇ ਵਿੱਚ ਹੈ ਕਈ ਵੀਰ ਕਮੈਂਟ ਵੀ ਕਰਦੇ ਤੇ ਕੰਨ ਵੀਰੋ ਬੂਟਿਆਂ ਦੇ ਵਿੱਚ ਕੁਝ ਨਹੀਂ ਹੋਣਾ ਵੀਰੋ ਮੈਂ ਤੁਹਾਨੂੰ ਇਹ ਦੱਸ ਦਿੰਦਾ ਆਹੀ ਬੂਟੇ ਐ ਜਿਹਦੇ ਵਿੱਚੋਂ ਸਾਹਮਣੇ ਇੱਕ ਕੀਲਾ ਕਲਮਾਂ ਦਾ ਲਾਇਆ ਵਾ ਢਾਈ ਕੀਲਿਆਂ ਦੇ ਵਿੱਚ ਗੋਭੀ ਲਾਈ ਵੀਤੀ ਉਸ ਟਾਈਮ ਮੈਂ ਚੈਨਲ ਨਹੀਂ ਤਾਂ ਬਣਾਇਆ ਨਹੀਂ ਤੁਹਾਨੂੰ ਜੇ ਮੈਂ ਗੋਭੀ ਦਿਖਾ ਦਿੰਦਾ ਤੁਸੀਂ ਵੀ ਹੈਰਾਨ ਰਹਿ ਜਾਂਦੇ ਐ ਖੇਤ ਦੇ ਵਿੱਚ ਤਿਲ ਗਰਿਆ ਵਾ ਧਰਤੀ ਵਰਨੀ ਤਾਂ ਕਰਦਾ ਰੋਜ ਪੋਜਾਲ ਫਾਫੇ 60 ਰਫਾਫੇ ਜਿਹੜਾ ਆਪਣਾ ਸਾਹਮਣੇ ਟਰੈਕਟਰ ਦੇ ਮਗਰ ਟਰਾਲਾ ਪਾਇਆ ਖੜਾ ਉਹ ਡੇਲੀ ਉਹ ਪੂਰਾ ਭਰ ਜਾਂਦਾ ਤਾਂ ਗੋਭੀ ਦੇ ਨਾਲ ਉਸ ਟਾਈਮ ਗੋਭੀਓ ਚੱਲਦੀ ਸੀ ਗੱਲੀ ਪਰ ਗੋਭੀ ਦਾ ਰੇਟ ਤਾਂ ਬਹੁਤ ਡਾਊਨ 2 ਤੋਂ 3 ਰੁਪਏ ਇੱਕ ਲਵਾਫੇ ਦੇ ਵਿੱਚ 25 26 ਕਿਲੋ ਪੈਂਦੀ ਸੀ ਬਸ 45 ਰੁਪਏ 47 ਰੁਪਏ 42 ਰੁਪਏ 40 ਰੁਪਏ ਇੱਕਣਾ ਹੀ ਰਿਹਾ ਪਰ ਗੋਭੀ ਨੇ ਚਲੋ ਐਂ ਤਾਂ ਜੀ ਫਸਲ ਸਾਢੇ 2 ਹੋ ਗਈਆਂ ਮੈਂ ਇਹੀ ਸੋਚਿਆ ਤਾਂ ਬੂਟੇ ਤਾਂ ਪਲ ਰਹੇ ਆ ਪਾਣੀ ਲੱਗੀ ਜਾਂਦਾ ਬਹੁਤ ਗੋਭੀ ਗਈ ਹੈ ਜੀ ਇਹ ਖੇਤਾਂ ਨੇ ਗੋਭੀ ਦਾ ਤਾਰਤਾ ਇੱਕ ਕੀਲਾ ਬੰਦ ਗੋਭੀ ਦਾ ਤਾਂ ਬੰਦ ਗੋਭੀ ਦਾ ਕਹਿੰਦੇ ਨੇ ਪੱਥਰ ਦੀ ਖੇਤੀ ਆ ਉਹਨੂੰ ਅੱਜ ਤੋੜ ਲੋ ਜੇ ਕੱਲ ਨੂੰ ਨਹੀਂ ਵਿਕੀ ਪਰਸੋਂ ਉਹਦੇ ਪਰ ਤੇ ਪੱਤਾ ਤਾਰ ਦੋ ਫੁੱਲ ਗੋਭੀ ਹੈ ਜਿਹੜੀ ਉਹ ਨਾਲ ਦੀ ਨਾਲ ਮੰਡੀ ਜਾਂਦੀ ਸੀ ਸੋ ਇੱਕ ਨਹੀਂ ਪੂਰਾ ਆਪਾਂ ਨੇ ਕੰਮ ਕਰਤਾ ਜੀ ਦੇਖੋ ਹਨ ਸਾਰੇ ਬਾਸ ਸਿਰੇ ਤੇ ਲੈ ਕੇ ਸਿਰੇ ਤੱਕ ਕਰਤੇ ਜੀ ਹੁਣ ਕਰਨਾ ਤਜਰਬਾ ਤੇ ਦੂਏ ਕੀਲੇ ਦੇ ਵਿੱਚ ਪਹੁੰਚ ਗਿਆ ਜੀ ਹੁਣ ਦੂਏ ਕੀਲੇ ਦੇ ਵਿੱਚ ਲਾਈਆਂ ਵੀ ਜੀ ਪਿੰਡੀਆਂ ਆ ਦੇਖੋ ਆ ਬੱਟ ਪਿੰਡੀਆਂ ਦੀ ਜਾਂਦੀ ਹੈ ਜੀ ਇੱਕ ਨਹੀਂ ਤੁਹਾਨੂੰ ਮੈਂ ਥੋੜਾ ਦਿਖਾਉਂਦਾ ਇਹ ਆਹ ਦੇਖੋ ਪਿੰਡੀਆਂ ਲਾਈਆਂ ਵੀ ਦਿਖਾਉਂ ਐਨ ਉਹ ਆ ਜੀ ਸਾਰੇ ਖੇਤਾਂ ਦੇ ਵਿੱਚ ਇਹਨਾਂ ਦੇ ਵਿੱਚ ਪਿੰਡੀਆਂ ਲਾਈਆਂ ਵੀ ਜੇ ਇਧਰਲੇ ਕੀਲੇ ਦੇ ਵਿੱਚ ਤੇ ਆਹ ਦੇਖੋ ਜੀ ਆ ਬੂਟੇ ਆਗੇ ਆ ਦੋ ਲਾਈਨਾਂ ਫੇਰ ਪਿੰਡੇ ਦੇ ਆਗੇ ਬੂਟਿਆਂ ਦੇ ਗੱਬੇ ਆਲੇ-ਦਾਲੇ 6-6 7-7 ਫੁੱਟ ਜਗ੍ਹਾ ਬੇਲੀ ਛੱਟਤੀ ਜੀ ਸਾਰੇ ਆਹ ਬੂਟਿਆਂ ਦੀ ਲਾਈਨ ਆ ਗਈ ਫੇਰ ਦੋ ਲਾਈਨਾਂ ਪਿੰਡੀਆਂ ਦੀਆਂ ਵੀਰੋ ਪਿੰਡੀਆਂ ਸੰਗਣੀਆਂ ਐ ਬੀਜ ਜਿਆਦਾ ਲਾਤਾ ਤਾਂ ਸਾਨੂੰ ਐ ਤਾਂ ਵੀ ਬੂਟਿਆਂ ਵਾਲੇ ਖੇਤ ਦੇ ਵਿੱਚ ਬੀਜ ਰਹਿ ਸਕਦਾ ਸੋ ਹੁਣ ਆਪਾਂ ਨੇ ਪਟਾ ਦੇਣਾ ਓਕਣਾ ਵੀ ਪ੍ਰੋਪਰ ਪਿੱਛੇ ਅਸੀਂ ਸਿੱਖਿਆ ਲੈ ਲਈ ਪਿੱਛੇ ਖੇਤ ਦੇ ਵਿੱਚ ਸੰਗਣੀ ਲਾਤੀ ਸੀ ਬਾਅਦ ਚ ਭਿੰਡੀ ਬਣਾਉਣੀ ਪਈ ਹੁਣ ਪੱਟ ਦਾਂਗੇ ਕੋਈ ਗੱਲ ਨਹੀਂ ਛਿੱਧੀ ਕਰ ਦਾਂਗੇ ਇਹਨੂੰ ਸਾਨੂੰ ਪਤਾ ਤਾਂ ਲੱਗ ਗਿਆ ਵੀ ਖੇਤ ਨੇ ਬੀਜ ਨਹੀਂ ਰੱਖਿਆ ਪੂਰੀ ਜੰਮ ਗਈ ਇਕਨਾਂ ਸਾਰੇ ਖੇਤ ਦੇ ਵਿੱਚ ਆ ਦੇਖ ਲਓ ਨਿਗਾਹ ਮਾਰ ਲਓ ਉਹ ਸਾਹਮਣੇ ਤੱਕ ਢਾਈ ਕਿਲਾਂ ਦੀ ਲਾਮ ਦੇਖਦੇ ਜੀ ਸਾਰੀ ਢਾਈ ਕਿਲਾਂ ਚ ਇਧਰ ਭਿੰਡੀ ਖੜੀ ਏ ਤੇ ਇਧਰ ਲੇਪਰ ਲੇ ਕਿਲੇ ਚ ਤਜਰਬੇ ਖਾਤਰ ਬੇਲ ਹੈ ਜੀ ਇਹ ਵੀ ਸਾਰੀ ਉੱਪਰ ਚੜਾਉਣੀ ਹੈ ਉਹ ਜਿਹੜੀ ਮੈਂ ਤੁਹਾਨੂੰ ਦਿਖਾਇਆ ਉਧਰ ਬਾਸ ਲੱਗਿਆ ਵਾ ਉਹ ਕੀ ਆ ਦੀ ਬੇਲ ਹੈ ਜੀ ਤੇ ਉਤੇ ਬਾਅਦ ਆਹ ਦੇਖ ਲਓ ਜੀ ਇਹ ਕੱਦੂ ਦੀ ਬੇਲ ਆ ਗਈ ਕੱਦੂ ਦੀ ਬੇਲ ਨੂੰ ਵੀ ਇਕਣਾਈ ਨਾਲ ਦੀ ਨਾਲ ਬਾਸ ਲਾਉਣਾ ਜੀ ਸਾਰੇ ਹੀ ਕੰਮ ਆ ਜਿਹੜਾ ਕਹਿੰਦੇ ਜ਼ਿੰਦਗੀ ਦੇ ਵਿੱਚ ਤਜਰਬਾ ਕਰਦੇ ਰਹੋ ਵੀਰੋ ਜ਼ਿੰਦਗੀ ਇੱਕ ਚੰਗੀ ਕਿਤਾਬ ਦੀ ਤਰ੍ਹਾਂ ਆਪਾਂ ਨੂੰ ਕੋਈ ਪਤਾ ਨਹੀਂ ਵੀ ਅਗਲੇ ਪੰਨੇ 'ਤੇ ਕੀ ਲਿਖਿਆ ਹੋਇਆ ਏਕਣਾਈ ਆ ਉਦਮ ਕਰਦੇ ਰਹੋ ਬਾਬਾ ਆਪੇ ਮੇਰਾ ਪਾਊਗਾ ਬਰਕਤਾਂ ਕਰੂੰਗਾ ਕਿਸਾਨ ਤਾਂ ਕਦੇ ਕਹਿੰਦੇ ਭੁੱਖਾ ਮਰਦਾ ਨਹੀਂ ਧਰਤੀ ਮਾਤਾ ਜਿਹੜਾ ਆਪਣਾ ਹੱਕ ਜਰੂਰ ਦੇਖੇ ਜਾਂਦੀ ਆ ਅਸੀਂ ਤਾਂ ਤਜਰਬਾ ਤਜਰਬਾ ਕਰਿਆ ਭਾਈ ਜੀ ਬਹੁਤ ਕਈ ਗੱਲਾਂ ਇਹ ਜੀ ਫਸਲ ਵੀ ਕਰੀ ਆ ਹੁਣ ਦੇਖੋ ਇਹਦੇ ਉੱਪਰ ਕਿੰਨੀ ਮਿਹਨਤ ਹੋਈ ਆ ਜਾਲ ਪਉਣ ਹੋਇਆ ਸਾਰਾ ਕੁਝ ਹੋਇਆ ਬੇਨਾ ਆਖਰਕਾਰ ਨੂੰ ਤੇ ਆ ਦੇਖੋ ਜੀ ਕਿੰਨੇ ਬਾਸ ਲੱਗੇ ਸਿਰੇ ਤੇ ਲੈ ਕੇ ਸਿਰੇ ਤੱਕ ਬੰਦੇ ਲੱਗੇ ਵੇ ਚਲੋ ਸਾਰੇ ਹੀ ਮਿਹਨਤ ਕਰਦੇ ਆ ਉਹ ਵੀ ਵਿਚਾਰੇ ਦਿਹਾੜੀ ਪਾਉਂਦੇ ਆ ਸੋ ਇੱਕਣਾ ਜੀ ਸਾਨੂੰ ਇਹਦੇ ਬਾਰੇ ਕੋਈ ਇਨੀ ਨੌਲੇਜ ਨਹੀਂ ਥੀ ਜੇ ਇੱਕ ਗੱਲਾਂ ਕੰਮ ਲੋਟ ਆ ਗਿਆ ਜੀ ਤਾਂ ਸਾਡਾ ਜਾਂਦਾ ਵੀ ਗਿਆ ਹੈ ਅਗਲੇ ਸਾਲ ਨੂੰ ਆਪਾਂ ਹੋਰ ਜ਼ਿਆਦਾ ਲਾ ਲਾਂਗੇ ਅਗਲੇ ਸਾਲ ਨੂੰ ਸਮਾਂ ਕੁਸਨਮੇ ਖੇਤਾਂ 'ਚ ਲਾਵਾਂਗੇ ਜਿੱਥੇ ਕੋਈ ਬੂਟਾ ਨਹੀਂ ਹੈਗਾ ਕੋਈ ਆਲੇ-ਦਾਲੇ ਤੇ ਮਾਰਨੀ ਸਿਰ ਤਜਰਬਾ ਕਰਨ ਖਾਤਰ ਲਾਈ ਹੈ ਜੀ ਮੈਨੂੰ ਬਹੁਤ ਜਿੱਦਣ ਮੈਂ ਬੱਟਾਂ ਪਾਈਆਂ ਜੀ ਬਾਕੇ ਕਮੈਂਟ ਦੇ ਜ਼ਰੀਏ ਵੀਰ ਕਰਦੇ ਤੇ ਕਮੈਂਟ ਕਹਿੰਦੇ ਬੂਟਿਆਂ 'ਚ ਕੁਝ ਨਹੀਂ ਹੋਣਾ ਕਰਕੇ ਦਿਖਾਵਾਂਗੇ ਜੀ ਬਾਹਿਗੁਰੂ ਦਾ ਨੋਂ ਧੰਨ ਗੁਰੂ ਨਾਨਕ ਦੇਵ ਦਾ ਲੈ ਕੇ ਖੇਤੀ ਕਰੀਦੀ ਆ ਬਾਬਾ ਆਪੇ ਫਰਕ ਤਾਂ ਪਾਉਂਦਾ ਜੀ ਬੂਟੇ ਵੀ ਪੰਜਵੇਂ ਸਾਲ 'ਚ ਚੱਲਦੇ ਜੀ ਆ ਦੇਖੋ ਇੱਕ ਨਾਈ ਆ ਇੱਧਰ ਬੱਟ ਰੋ ਇੱਕ ਕਿਆਰੇ ਦੇ ਵਿੱਚ ਵੀਰੋ 2 ਬੱਟਾ ਸਿਰਫ ਗੱਬੇ ਇੱਕਣਾ ਹੀ ਦੇਖੋ ਜਿੱਥੇ ਬੱਟਾ ਓਕਣਾ ਹੀ ਉੱਪਰ ਚਾਨਣਾ ਬੇਲ ਤਾਂ ਹੋਏ ਜਾਂਦੀ ਐ ਸੋ ਇਹਨਾਂ ਦਿਨਾਂ ਦੇ ਵਿੱਚ ਆ ਕੇ ਬਰਸਾਤ ਦੇ ਵਿੱਚੇ ਬੂਟੇ ਦੇ ਵਿੱਚ ਫਸਲ ਘਟ ਹੁੰਦੀ ਐ ਕਣਕ ਦੇ ਟਾਈਮ ਤੱਕ ਕਣਕ ਜਿਹੜੀ ਹੋ ਜਾਂਦੀ ਪੂਰੀ ਬਾਬੇ ਦਾ ਨਾਮ ਲੈ ਕੇ ਬਸ ਦੱਬ ਰੱਖੋ ਕਹਿੰਦੇ ਸਰੂਰ ਤਾਂ ਵੀਰੋ ਉਹੀ ਚੀਜ਼ ਦਾ ਜਿਹਦਾ ਨਾਮ ਲੈ ਤੇ ਮਨ ਨੂੰ ਤਸੱਲੀ ਹੋਵੇ ਬਾਬੇ ਦਾ ਨਾਮ ਲੈ ਕੇ ਖਿੱਚੀ ਚੱਲੋ ਕੰਮ ਡਰੋ ਨਾ ਹਟੋ ਨਾ ਪਿੱਛੇ ਜੇ ਕਹੇ ਵੀ ਸਾਡੀ ਕਿਸਾਨੀ ਸਾਨੂੰ ਪਿੱਛੇ ਲਿਜਾ ਰਹੀ ਨਹੀਂ ਕਿਸਾਨੀ ਤਾਂ ਚੜ੍ਹਦੀ ਕਲਾ 'ਚ ਹੀ ਰਹੀ ਐ ਚੜ੍ਹਦੀ ਕਲਾ 'ਚ ਰਹਿਣਾ ਇੱਕਣਾ ਹੀ ਬਰਕਤਾਂ ਰਹਿਣੀ ਆ ਬਾਦੇ ਘਾਟੇ ਦਾ ਵੀਰੋ ਚਲਦੀ ਰਹਿਣੇ ਆ ਕਿਸਾਨ ਬਣਿਆ ਹੀ ਬਾਦੇ ਘਾਟੇਆਂ ਖਾਤਰ ਜੇ ਸਾਨੂੰ ਬਾਦੇ ਘਾਟੇ ਨਾ ਪਏ ਤਾਂ ਦੁਨੀਆਦਾਰੀ ਦਾ ਨਹੀਂ ਪਤਾ ਲੱਗਦਾ ਕਹਿੰਦੇ ਜੇ ਕਿਸੇ ਚੀਜ਼ ਦਾ ਘਾਟਾ ਪੈਂਦਾ ਤਾਂ ਉਹ ਵੀ ਬੰਦੇ ਨੂੰ ਸਿੱਖਿਆ ਦੇ ਕੇ ਜਾਂਦੀ ਐ ਵੀ ਗਾਹ ਨੂੰ ਇਹ ਕੰਮ ਨਾ ਕਰ ਜਿਕਰ ਹੁਣ ਗੰਨਾ ਗਿਰ ਗਿਆ ਤਾਂ ਜੀ ਪਿਛਲੇ ਸਾਲ ਚੂਹੇ ਨੇ ਬਹੁਤ ਵੱਡੇ ਆ ਸਾਨੂੰ ਇਸ ਚੀਜ਼ ਤੇ ਸਿੱਖਿਆ ਮਿਲ ਗਈ ਇਸ ਵਾਰੀ ਗੰਨਾ ਦੋ ਗੇਲਾ ਬਣਾਉਣਾ ਬਣਾਉਣਾ ਇੱਕ ਗੱਲਾਂ ਤਾਂ ਹੁਣ ਤੁਹਾਨੂੰ ਇੱਕ ਅੱਧੇ ਦਿਨ ਦੇ ਵਿੱਚ ਵੀਡੀਓ ਰਹੀ ਲਗਾਉਂਗਾ ਗੰਨਾ ਆਪਣਾ ਬੰਨ ਹੋਣ ਲੱਜਣਾ ਬਣਾਉਣਾ ਆਗ ਪੱਤੀ ਨਾਲ ਆ ਵੀਰੋ ਕਈ ਵੀਰੇ ਮੈਂ ਮੇਰਾ ਹੀ ਤਜਰਬਾ ਮੈਂ ਤੁਹਾਨੂੰ ਦੱਸਦਾ ਕਈ ਬੰਦੇ ਗੰਨੇ ਨੂੰ ਆਪਣਾ ਬਾਣ ਨਾਲ ਬਣਾ ਦਿੰਦੇ ਆ ਬਾਣ ਨਾਲ ਨਾ ਬਣਾਓ ਆਪਾਂ ਕਹਿੰਦੇ ਨੇ गिरਦਾ ਨਹੀਂ ਜਿਹੜਾ ਆਗ ਪੱਤੀ ਨਾਲ ਗੰਨਾ ਬੰਨ ਹੋ ਗਿਆ ਜੀ ਗੰਨਾ ਅਖਰਕਾਰ ਨੂੰ ਜਦੋਂ ਵੱਧਦਾ ਫੁੱਲਦਾ ਪੱਤੀ ਸੁੱਕ ਜਾਂਦੀ ਤਾਂ ਹੀ ਆਗ ਪੱਤੀ ਵਾਲਾ ਟੁੱਟਦਾ ਛੁਬੜਾ ਜੇ ਪਰ ਰਸੀ ਨਾਲ ਬੰਨਤੀ ਤਾਂ ਉਹ ਗੰਨੇ ਦਾ ਜਿਹੜਾ ਵਧਣ ਦੀ ਗ੍ਰੋਥ ਆ ਉਹ ਜਮਾਂ ਹੀ ਘਟ ਜਾਣੀ ਸੋ ਇਸ ਕਰਕੇ ਦੂਈ ਗੇਲਾਂ ਵੀ ਆਗ ਪੱਤੀ ਨਾਲੇ ਬਣਾਉਣਾ ਖੁੱਲ ਜੂਗਾ ਦੁਬਾਰਾ ਫੇਰ ਬਣਾ ਦਾਂਗੇ ਕੋਈ ਗੱਲ ਨਹੀਂ ਬੰਦੇ ਆਪਣੇ ਰੱਖੇ ਵੀ ਆਪ ਵਿੱਚ ਜਿਹੜਾ ਰੱਖਣਾ ਬਣਾਉਣਾ ਦੋ ਗੇਲਾਂ ਜੀ ਚੂਹੇ ਨੇ ਬਹੁਤ ਵਢਾਂਗਾ ਕਰਿਆ ਪਿਛਲੇ ਸਾਲ ਖੇਤ ਦੇ ਵਿੱਚ ਜਿਹੜੇ ਚ ਵੜਦੇ تھے ਉਹਦੇ ਵਿੱਚ ਤੇ ਹੀ ਭਰੀਆਂ ਦੀਆਂ ਭਰੀਆਂ ਬਾਹਰ ਨੂੰ ਕੱਢ ਕੇ ਗੇਰੀ ਗਏ ਸੀ ਸੂਰ ਅਤੇ ਚੂਹਾ ਦੋਹਾਂ ਨੇ ਬਹੁਤ ਸੂਰ ਨੇ ਤਾਂ ਜੀ ਪਿਛਲੇ ਸਾਲ ਖੇਤ ਦੇ ਵਿੱਚ ਕਟੋ-ਕਟੋ 2 ਤੋਂ 2.5 ਫੁੱਟ ਉੱਚਾ ਗੱਦਾ ਬਣਾਇਆ ਬਤਾ ਜਿਹਦੇ ਪਰ ਸੌਂਦਾ ਦਾ ਸੂਰੀ ਆਪਣੇ ਬੱਚਿਆਂ ਨੂੰ ਲੈ ਕੇ ਅਸੀਂ ਡਰ ਦੇ ਵਿੱਚ ਵੱੜਦੇ ਨਹੀਂ ਤੇ ਅਸੀਂ ਸਾਨੂੰ ਆਏ ਤਾਂ ਕਹਿੰਦੇ ਜਿਹੜੀ ਸੂਰੀ ਹੁੰਦੀ ਹੈ ਨਾ ਬੱਚਿਆਂ ਲਈ ਆ ਦੇਖੋ ਜੀ ਕਲਮਾਲਾ ਕੀਲਾ ਜਿਹੜਾ ਕਲਮਾਂ ਵੀ ਬਹੁਤ ਵਧੀਆ ਖੜੀ ਹੈ ਜੀ ਚਲੋ ਆਲੇ-ਦਾਲੇ ਮਾਰੀਆਂ ਹੋ ਜੂਗੀਆਂ ਬੂਟਿਆਂ 'ਚ ਕੁਸ ਹੁੰਦਾ ਵੀ ਨਹੀਂ ਇਹ ਵੀ ਆਪਾਂ ਨੇ ਲਾਤੀਆਂ ਵਿਕ ਜਣੀਆਂ ਜੀ ਕਲਮਾਂ ਦੀ ਤਾਂ ਬਥੇਰੀ ਜਿਹੜੀ ਗਾਕੀ ਹੁੰਦੀ ਹੈ ਸੋ ਇਕੱਲੇ ਕੰਮ ਕਰਦੇ ਰਹੋ ਵਧੀਆ ਜ਼ਿੰਦਗੀ ਲੰਘੂਗੀ ਜੀ ਕੋਈ ਪਤਾ ਨਹੀਂ ਲੱਗਦਾ ਕਦੋਂ ਦੁਪਹਿਰਾ ਲੰਘ ਜਾਂਦਾ ਕਦੋਂ ਸਵੇਰ ਹੁੰਦੀ ਕਦੋਂ ਆ ਜਾਂਦੀ ਸ਼ਾਮ ਘਰ ਜਾ ਕੇ ਤਾਂ ਸਿਰਫ ਵੀਰੋ ਮਿੰਜਾ ਹੀ ਦਿਖਦਾ ਕੰਮ ਕਰੋਗੇ ਘਰ ਦੇ ਵਿੱਚ ਲੜਾਈ ਨਹੀਂ ਰਹੂਗੀ ਜੇ ਅਸੀਂ ਕੰਮ ਨਹੀਂ ਕਰੂਗਾ ਘਰ ਬੇਲਿਆਂ ਨੂੰ ਹੋਰ ਨਹੀਂ ਕੋਸੇ ਰੋਟੀਆਂ ਆ ਲਈ ਬੋਈਆ ਦਿਖੀ ਜਾਂਦਾ ਵੀ ਰੋਟੀ ਖਾ ਲਈ ਤਿੰਨ ਤਿੰਨ ਗੇਲਾਂ ਚਾਰ ਚਾਰ ਗੇਲਾਂ ਵੀ ਰੋਟੀ ਖਾ ਜਾਂਦੀ ਘਰ ਬੇਲਿਆਂ ਦੀ ਖੇਤ ਦੇ ਵਿੱਚ ਪੱਕਾ ਬਣਵਾ ਟਾਈਮ ਉਹੀ ਤਿੰਨੇ ਗੇਲਾਂ ਖਾਉਂਦੀ ਚੌਥੀ ਗੇਲਾ ਖਾਏ ਨਹੀਂ ਹੁੰਦੀ ਹੈਗੀ ਕੰਮ 'ਚ ਲੱਗੇ ਰਹਿੰਦੇ ਆ ਬੇਲੇ ਰਹੋਗੇ ਤਾਂ ਮਨ ਸ਼ੈਤਾਨ ਦਾ ਘਰ ਲੜਾਈਆਂ ਕੰਨੀ ਨੂੰ ਜਾਊਗਾ ਬੁਰੇ ਬਕਾਰਾਂ ਕੰਨੀ ਨੂੰ ਜਾਊਗਾ ਸੋ ਇਸ ਕਰਕੇ ਕੰਮ ਕਰੋ ਕੋਈ ਵੀ ਕਰੋ ਕੰਮ ਦੇ ਵਿੱਚ ਲੱਗੇ ਰਹੋ ਬਾਕੀ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਜੀ ਧੰਨਵਾਦ ਜੀ